ਹੁਣ ਪਾਣੀ ਤਲੇ ਚੈੱਕ ਕਰੋ ਫਕ ਜ਼ੂਮ ਕਰਕੇ ਮੈਂ ਪਾਣੀ ਚੈੱਕ ਕਰਨਾ ਦੇਖਦੇ ਚਦੋਂ ਭਰਦਾ ਪਿਆ ਕਮ ਸ ਕਮ ਇਥੋਂ 30 ਤੋਂ ਬਲਕਿ 50 60 ਫੁੱਟ ਉੱਚਾ ਹੈ ਅਸਾਂ ਖੜੇ ਆ ਜਿੱਥੇ ਤਲੇ ਪਾਣੀ ਜਿੱਕਾ ਹੈ ਪਿਆ ਅਸਲਾਮ ਅਲੈਕੁਮ ਉਮੀਦ ਕਰਨਾ ਸਾਰੇ ਖੈਰ ਖਰੀਅਤ ਨਾਲ ਸੋ ਤੁਸੀਂ ਨੇ ਦੇਖੋ ਸਾਡਾ ਯੂਟਿਊਬ ਚੈਨਲ ਮੁਸਤਾਕ ਅਫੀਸ਼ੀਅਲ 2 ਸਾਡੇ ਚੈਨਲ ਨੂੰ ਜਲਦੀ ਜਲਦੀ ਕਰ ਗਿਨੋ ਸਬਸਕ੍ਰਾਈਬ ਅਤੇ ਬਲਾ ਅਸਾਂ ਸ਼ੁਰੂ ਕਰਨੇ ਆ ਅੱਜ ਦੀ ਵੀਡੀਓ ਬਹੁਤ ਅਫਸੋਸ ਨਾ ਕਿ ਚਲੋ ਵੇ ਆਪਾਂ ਨੂੰ ਚੈੱਕ ਕਰਨੇ ਚੈੱਕ ਕਰ ਮਾਹੌਲ ਕਿਵੇਂ ਦਾ ਹੈ ਪਿਆ ਅੱਲਾ ਮਾਫ਼ ਕਰੇ ਯਾਰ ਪਾਣੀ ਬਹੁਤ ਜ਼ਿਆਦਾ ਥੀ ਗਿਆ ਅੱਲਾ ਕਰੇ ਨੁਕਸਾਨ ਕੋਈ ਨਹੀਂ ਹੋਵੇ ਬਹੁਤ ਨੁਕਸਾਨ ਪਿੱਛਾ ਕਰਿਆ ਦਾ ਆਉਂਦਾ ਅਤੇ ਅਸਾਂ ਹੁਣ ਆਏ ਖੜੇ ਹੈੱਡ ਤੋਂ ਸੇ ਅਤੇ ਚੈੱਕ ਕਰੋ ਵੀ ਕਿਵੇਂ ਪਾਣੀ ਦਾ ਮਾਹੌਲ ਹੈ ਪਿਆ ਇਹਦੇ ਚੈੱਕ ਕਰੋ ਅੱਗਾਂ ਬਹੁਤ ਜ਼ਿਆਦਾ ਪਾਣੀ ਹੈ ਪਿਆ ਅੱਜ ਕੁਝ ਥੋੜ੍ਹਾ ਜਿਹਾ ਅੱਗੇ ਨਾਲੋਂ ਆ ਦਿਨ ਵੀ ਜ਼ਿਆਦਾ ਹੈ ਪਿਆ ਅੱਗੇ ਨਾਲੋਂ ਵੀ ਜ਼ਿਆਦਾ ਹੈ ਮਜ਼ੀਦ ਵੱਧਦਾ ਪਿਆ ਘਟਦਾ ਕਹਿਣ ਪਿਆ ਅੱਲਾ ਖੈਰ ਕਰੇ ਯਾਰ ਜਿਹੜੇ ਜਿਹੜੇ ਤੁਸੀਂ ਪੈ ਵੇ ਨਾ ਬੇਟ ਇਲਾਕੇ 'ਚ ਇਨਕੇ ਖਤਰੇ ਵਾਲੀ ਜਗ੍ਹਾ 'ਤੇ ਤੁਸੀਂ ਮਿਹਰਬਾਨੀ ਕਰਕੇ ਬਾਹਰ ਨਿਕਲ ਆਓ ਕਿਉਂਕਿ